ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਉਮੀਦ ਕਰਦਾ ਕਿ ਸਾਰੇ ਜਣੇ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਕਿ ਕਮੈਂਟਾਂ ਦੀ, ਕਿ ਇਹਦੇ ਵਿੱਚ ਜਿੰਨੇ ਵੀ ਮੈਨੂੰ ਕਮੈਂਟ ਆਉਂਦੇ ਆ ਨਾ, ਉਹਨਾਂ ਵਿੱਚ ਕੁਝ ਜਿਹੜੇ ਇੱਦਾਂ ਦੇ ਕਮੈਂਟ ਹੁੰਦੇ ਜਿਹੜੇ ਵੀ ਮਤਲਬ ਜਿਨ੍ਹਾਂ ਨਾਲ ਸਾਰਿਆਂ ਦੀ ਹੈਲਪ ਹੋ ਸਕੇ। ਕੁਝ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਉਹ ਆਪਣੇ ਵੀਰ ਪੁੱਛਦੇ ਆ, ਸੋ ਉਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਹੁੰਦਾ ਕਿ ਸਾਰਿਆਂ ਨਾਲ ਮੈਂ ਨਾ ਸ਼ੇਅਰ ਕਰਾਂ ਵੀ ਜਿਹੜੀ ਕਿਸੇ ਵੀਰ ਨੇ ਕਮੈਂਟ ਵਿੱਚ ਚੀਜ਼ ਪੁੱਛੀ ਆ, ਵੀ ਬਹੁਤ ਇੰਪੋਰਟੈਂਟ ਚੀਜ਼ ਆ ਜਾਂ ਇੰਪੋਰਟੈਂਟ ਗੱਲ ਆ ਉਹ, ਬਹੁਤ ਕਿ ਉਹ ਸਾਰਿਆਂ ਨਾਲ ਸ਼ੇਅਰ ਕੀਤੀ ਜਾਵੇ। ਸੋ ਇਦਾਂ ਦੇ ਜਿੰਨੇ ਵੀ ਕਮੈਂਟ ਆ ਤੇ ਉਹ ਸਾਰਿਆਂ ਦਾ ਮੈਂ ਰਿਪਲਾਈ ਕਰਨ ਲੱਗਾ ਵਾਂ। ਹੋ ਜਿੰਨੇ ਵੀ ਇਸ ਵੀਡੀਓ 'ਚ ਹੋਏ ਤਾਂ ਮੈਂ ਕਰੂੰਗਾ, ਜੇ ਉਹ ਵੀਡੀਓ ਜ਼ਿਆਦਾ ਵੱਡੀ ਹੋਈ ਤਾਂ ਇੱਕ ਹੋਰ ਵੀਡੀਓ ਵੀ ਮੈਂ ਬਣਾਊਂਗਾ। ਸੋ ਜ਼ਿਆਦਾਤਰ ਤੁਹਾਨੂੰ ਪਤਾ ਹੈ ਕਿ ਮੈਂ ਜਿਹੜਾ ਆਪਣੀਆਂ ਜਿਹੜੀ ਜਿੰਨੇ ਵੀ ਕਮੈਂਟ ਆ ਇੰਸਟਾਗ੍ਰਾਮ ਅਤੇ ਫੇਸਬੁੱਕ ਵਾਲੇ ਜਿਹੜੇ ਸਾਰੇ ਉਹੀ ਮੈਂ ਜ਼ਿਆਦਾ ਰਿਪਲਾਈ ਕਰਦਾ ਵਾਂ, ਕਿਉਂਕਿ ਮੈਂ ਸਾਰਿਆਂ ਨੂੰ ਤਕਰੀਬਨ ਦੱਸਦਾ ਹੁੰਦਾ ਕਿ ਮੈਨੂੰ ਮੈਸੇਜ ਕਰਨਾ ਉਹ ਇੰਸਟਾਗ੍ਰਾਮ 'ਤੇ ਕਰ ਦੇਵੇ ਜਾਂ ਫੇਸਬੁੱਕ 'ਤੇ ਕਰ ਦੇਵੇ ਮੈਸੇਂਜਰ 'ਤੇ, ਸੋ ਉਹਦੇ ਤੋਂ ਮੈਂ ਰਿਪਲਾਈ ਕਰ ਦਿੰਦਾ ਹੁੰਦਾ। ਉਹਦਾ ਕਾਰਨ ਇਹ ਆ ਕਿ ਕਈ ਵਾਰੀ ਕੁਝ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਕੋਈ ਬੰਦਾ ਫੇਸਬੁੱਕ ਦੇ ਵਿੱਚ ਜਿਹੜਾ ਵੀਡੀਓ ਥੱਲੇ ਕਮੈਂਟ ਵਿੱਚ ਨਹੀਂ ਲਿਖ ਪਾਉਂਦਾ ਜਾਂ ਕਿਸੇ ਨੂੰ ਲਿਖਣਾ ਨਹੀਂ ਆਉਂਦਾ, ਸੋ ਉਹਨਾਂ ਦੇ ਵਾਸਤੇ ਇਹ ਆਪਸ਼ਨ ਆ ਕਿ ਜੇ ਕਿਸੇ ਨੂੰ ਲਿਖਣਾ ਨਹੀਂ ਆਉਂਦਾ ਹੈ ਨਾ, ਸੋ ਮੈਂ ਉਹਨੂੰ ਕਹਿ ਦਿੰਦਾ ਹੁੰਦਾ ਕਿ ਤੁਸੀਂ ਮੇਰੀ ਫੇਸਬੁੱਕ 'ਤੇ ਜਾਓ, ਮੇਰੀ ਇੰਸਟਾਗ੍ਰਾਮ 'ਤੇ ਜਾਓ, ਮੈਨੂੰ ਵੋਇਸ ਮੈਸੇਜ ਕਰ ਦਿਓ। ਅਤੇ ਉਹਦੇ ਵਾਸਤੇ ਈਜ਼ੀ ਹੋ ਜਾਂਦਾ ਵਾ, ਉਹ ਮੇਰੇ ਲਈ ਵੀ ਅਤੇ ਉਹਨਾਂ ਲਈ ਵੀ, ਜਿੱਦਾਂ ਉਹਨਾਂ ਦਾ ਵੋਇਸ ਮੈਸੇਜ ਮੈਨੂੰ ਆਉਂਦਾ ਵਾ ਮੈਂ ਸੁਣਦਾ, ਅਤੇ ਮੈਂ ਉੱਦਾਂ ਹੀ ਵੋਇਸ ਮੈਸੇਜ ਮੈਂ ਉਹਨਾਂ ਨੂੰ ਰਿਪਲਾਈ ਕਰ ਦਿੰਦਾ। ਇਹਦੇ ਵਿੱਚ ਮੇਰਾ ਟਾਈਮ ਬਚ ਜਾਂਦਾ ਵਾ, ਕਈ ਵਾਰੀ ਮੈਂ ਕੰਮ 'ਤੇ ਹੁੰਦਾ, ਕਈ ਵਾਰੀ ਬਹੁਤ ਇੰਪੋਰਟੈਂਟ ਕੁਝ ਮੈਸੇਜ ਹੁੰਦੇ ਆ ਜਿਹੜੇ ਬਾਰ ਬਾਰ ਲੋਕ ਕਰੀ ਜਾਂਦੇ ਆ, ਫਿਰ ਲਿਖ ਕੇ ਟਾਈਮ ਵੇਸਟ ਨਾ ਮੈਂ, ਸੋ ਮੈਂ ਜਿੱਦਾਂ ਉਹ ਵੋਇਸ ਮੈਸੇਜ ਕਰਦੇ ਮੈਂ ਉੱਦਾਂ ਹੀ ਮੈਂ ਵੀ ਉਹਨਾਂ ਦਾ ਰਿਪਲਾਈ ਕਰ ਦਿੰਦਾ ਹਾਂ ਬੋਲ ਕੇ, ਉਹਦੇ ਨਾਲ ਥੋੜ੍ਹਾ ਈਜ਼ੀ ਹੋ ਜਾਂਦਾ ਦੋਨਾਂ ਨੂੰ। ਜੇ ਕਿਸੇ ਦਾ ਹਿੰਦੀ 'ਚ ਆ ਤਾਂ ਉਹਨੂੰ ਇੰਗਲਿਸ਼ ਹਿੰਦੀ 'ਚ ਬੋਲ ਦੀਦਾ ਵਾ, ਜੇ ਕਿਸੇ ਨੇ ਇੰਗਲਿਸ਼ 'ਚ ਕੀਤਾ ਤਾਂ ਉਹਨੂੰ ਇੰਗਲਿਸ਼ 'ਚ ਬੋਲ ਦੀਦਾ, ਜੇ ਕਿਸੇ ਨੇ ਪੰਜਾਬੀ 'ਚ ਕੀਤਾ ਤਾਂ ਉਹਨੂੰ ਪੰਜਾਬੀ ਦੇ ਵਿੱਚ ਹੀ ਮੈਂ ਕੋਸ਼ਿਸ਼ ਕਰਦਾ ਰਿਪਲਾਈ ਕਰਨ ਦੀ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਇਦਾਂ ਦੇ ਜਿਹੜੇ ਕੁਝ ਕਮੈਂਟ। ਕਾਲ ਭਰਦਵਾਜ ਜਿਹੜੇ ਭਾਜੀ ਆ ਪੁੱਛਦੇ ਆ ਕਿ ਜਿਹੜੀ ਰੋਮਾਨੀਆ ਦੀ ਐਮਬੈਸੀ ਆ, ਜੇ ਅਸੀਂ ਉਹਨੂੰ ਕਾਲ ਲਾਉਂਦੇ ਹਾਂ ਤਾਂ ਉਹ ਇੰਗਲਿਸ਼ 'ਚ ਗੱਲ ਕਰਦੇ ਜਾਂ ਰੋਮਾਨੀਆ 'ਚ ਗੱਲ ਕਰਦੇ ਆ, ਤਾਂ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਜੇ ਤੁਸੀਂ ਰੋਮੇਨੀਆ ਦੀ ਐਮਬੈਸੀ ਜਿਹੜੀ ਦਿੱਲੀ ਵਿੱਚ ਆ, ਜੇ ਉਹਨਾਂ ਨੂੰ ਤੁਸੀਂ ਕਾਲ ਕਰਦੇ ਆ ਉਹ ਇੰਗਲਿਸ਼ ਵਿੱਚ ਹੀ ਗੱਲ ਕਰਦੇ ਆ, ਅਤੇ ਜੇ ਮਤਲਬ ਕਿਸੇ ਨੂੰ ਰੋਮਾਨੀਆ ਨੂੰ ਆਉਂਦੀ ਆ ਤਾਂ ਉਹ ਰੋਮਾਨੀਆ ਵਿੱਚ ਵੀ ਗੱਲ ਕਰਦੇ ਆ, ਕਿਉਂਕਿ ਉਹਨਾਂ ਦੀ ਉਹ ਰੋਮਾਨੀਆ ਦੀ ਐਮਬੈਸੀ ਆ ਉੱਥੇ ਰੋਮੇਨੀਅਨ ਵੀ ਚੱਲਦੀ ਆ, ਬਟ ਜ਼ਿਆਦਾਤਰ ਉਹ ਇੰਗਲਿਸ਼ 'ਚ ਗੱਲ ਕਰਦੇ ਆ। ਉਹਨਾਂ ਨੂੰ ਪਤਾ ਕਿ ਜਿਹੜੇ ਇੰਡੀਆ ਤੋਂ ਲੋਕ ਜ਼ਿਆਦਾ ਇੰਗਲਿਸ਼ ਵਿੱਚ ਹੀ ਸਵਾਲ ਜਵਾਬ ਪੁੱਛਦੇ। ਹਰੀਸ਼ ਤਿਵਾਰੀ ਜੀ ਪੁੱਛ ਰਹੇ ਇਹ ਉਹ ਯੇ ਮੈਂ ਹਿੰਦੀ ਮੈਂ ਉਨਕਾ ਰਿਪਲਾਈ ਕਰ ਰਹਾ ਹੂੰ, ਉਹ ਇਸ ਲਈ ਰਿਪਲਾਈ ਕਰ ਰਹਾ ਹੂੰ ਕਿਉਂਕਿ ਹੋ ਸਕਤਾ ਉਨਕੋ ਪੰਜਾਬੀ ਨਹੀਂ ਸਮਝ ਮੇ ਆਤੀ ਹੈ, ਔਰ ਉਨ ਲੋਗੋਂ ਨੇ ਮੇਰੇ ਕੋ ਜੋ ਮੈਸੇਜ ਹਿੰਦੀ ਮੈਂ ਹੀ ਕੀਆ ਹੈ ਬੋਲ ਕੇ, ਸੋ ਉਹ ਪੁੱਛ ਰਹੇ ਕਿ ਜੋ ਉਨਕਾ ਵੀਜ਼ਾ 6 ਮੰਥ ਕਾ ਹੈ ਔਰ ਉਸਮੇ ਥੋੜ੍ਹਾ ਵੀਜ਼ਾ ਐਕਸਪਾਇਰ ਹੋ ਗਿਆ ਹੈ, ਔਰ ਵੋ ਸੋਚ ਰਹੇ ਉਨਕੋ ਡਾਊਟ ਹੈ ਕਿ ਕਹੀਂ ਅਗਰ ਵੋ ਲੇਟ ਹੋ ਜਾਏ, ਉਨਕਾ ਵੀਜ਼ਾ ਇੰਡੀਆ ਮੈਂ ਐਕਸਪਾਇਰ ਹੋ ਜਾਏ, ਮੰਨ ਲਓ ਜੀ 2 ਜਾਂ 3 ਮਹੀਨੇ ਬਾਅਦ ਵੋ ਜਾਏ ਰੋਮੇਨੀਆ ਮੈਂ ਆਏ, ਤਾਂ ਵਹਾਂ ਜਾ ਕੇ ਕਿਆ ਕੰਪਨੀ ਉਸਕੋ ਰੱਖੇਗੀ ਔਰ ਉਸਕੀ TRC ਜੋ ਕਾਰਡ ਹੈ ਵੋ ਅਪਲਾਈ ਕਰੇਗੀ ਜਾਂ ਨਹੀਂ ਕਰੇਗੀ। ਸੋ ਇਸਕੇ ਲਈ ਮੈਂ ਤਿਵਾਰੀ ਜੀ ਕੋ ਬਤਾਨਾ ਚਾਹਤਾ ਹੂੰ ਕਿ ਜੋ ਅਗਰ ਆਪਕਾ ਵੀਜ਼ਾ 1 ਮਹੀਨੇ ਕਾ ਵੀ ਹੈ, ਆਪ ਕੰਪਨੀ ਮੈਂ ਜਾਤੇ ਹੋ, ਤਾਂ ਆਪਕਾ 100% ਵੋ ਕੰਪਨੀ ਆਪਕੋ ਰੱਖੇਗੀ ਔਰ ਆਪਕਾ ਫਿੰਗਰਪ੍ਰਿੰਟ ਹੋਗਾ ਔਰ ਆਪਕਾ TRC ਕਾਰਡ ਬਨੇਗਾ। ਔਰ ਇਸਕੇ ਬਾਅਦ ਹੀ ਤਿਵਾਰੀ ਜੀ ਨੇ ਇੱਕ ਔਰ ਕੁਸ਼ਚਨ ਪੁੱਛਿਆ ਕਿ ਅਗਰ ਵੋ ਅਗਰ ਰੋਮਾਨੀਆ ਮੈਂ ਜਬ ਆਏ तो क्या उनके वैक्सीन लगा होना कोई ज़रूरी है, यानी रोमानिया में वैक्सीन लगा के आना चाहिए, ये कोई रूल है रोमानिया का और नहीं, तो इनको मैं बताना चाहता हूँ कि अगर अगर लगी है तो भी आप आ सकते हैं, अगर वैक्सीन नहीं लगी है तो भी आप आ सकते हैं, क्योंकि इंडिया अभी रोमानिया में रेड लिस्ट में है, यानी रेड जोन में है। जो भी इंडिया से आएगा, जो भी पर्सन इंडिया से रोमानिया आएगा, उसको 14 दिन के लिए क्वारंटीन किया जाएगा। सो आप अगर आपके वैक्सीन लगी है तो भी सही है, नहीं लगी है तो भी सही है, कोई प्रॉब्लम नहीं है, आप आ सकते हैं, आपको कोई प्रॉब्लम नहीं है, आपके पास कोविड का नेगेटिव टेस्ट जो होना चाहिए। तो ये तो बाद परगट सिंह एक भाजी वो पूछद कि जे रोमेनिया की एम्बेसी है जी ओपन हैगी नहीं हैगी बंद आ, तो वो बारे आप कि पता कर सकते हैं। ਸੋ ਪਹਿਲਾਂ ਮੈਂ ਵੀਡੀਓ ਬਣਾਈਆਂ ਸੀਗੀਆਂ 2-3, ਉਹਨਾਂ ਦੇ ਵਿੱਚ ਮੈਂ ਅੰਬੈਸੀ ਦਾ ਨੰਬਰ ਮੇਲ ਸਾਰਾ ਕੁਝ ਦਿੱਤਾ ਸੀਗਾ, ਅਤੇ ਜੇ ਫਿਰ ਵੀ ਮਤਲਬ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਮੋਬਾਈਲ ਦੇ ਵਿੱਚ ਗੂਗਲ ਦੇ ਵਿੱਚ ਸਰਚ ਕਰ ਸਕਦੇ ਹੋ ਰੋਮੇਨੀਆ ਅੰਬੈਸੀ ਇਨ ਦਿੱਲੀ ਲਿਖ ਕੇ, ਜਦੋਂ ਤੁਸੀਂ ਸਰਚ ਕਰੋਗੇ ਤਾਂ ਥੱਲੇ ਉਹਨਾਂ ਦਾ ਕੰਟੈਕਟ ਨੰਬਰ ਆਜੂਗਾ, ਜਿਹੜਾ ਦਿੱਲੀ ਵਿੱਚ ਰੋਮਾਨੀਆ ਦੀ ਅੰਬੈਸੀ ਜਿਹੜੀ ਦਿੱਲੀ ਵਿੱਚ ਉਹਦਾ ਕੰਟੈਕਟ ਨੰਬਰ ਆਜੂਗਾ, ਉਹ 'ਚੋਂ ਤੁਹਾਨੂੰ ਮੇਲ ਮਿਲ ਜੂਗੀ, ਉਹ 'ਚੋਂ ਤੁਹਾਨੂੰ ਵੈਬਸਾਈਟ ਮਿਲ ਜੂਗੀ, ਸਾਰਾ ਕੁਝ ਤੁਹਾਨੂੰ ਉਹਦੇ 'ਚ ਮਿਲ ਜੂਗਾ, ਤੁਸੀਂ ਉੱਥੋਂ ਚੈੱਕ ਕਰ ਸਕਦੇ ਹਾਂ ਜਾਂ ਉੱਥੋਂ ਤੁਸੀਂ ਨੰਬਰ ਲੈ ਕੇ ਨੰਬਰ 'ਤੇ ਕਾਲ ਕਰਕੇ ਉਹਨਾਂ ਨੂੰ ਪੁੱਛ ਸਕਦੇ ਹਾਂ। ਉਹ ਪ੍ਰੋਪਰ ਫੋਨ ਚੱਕਦੇ ਆ, ਸਵੇਰੇ 10 ਵਜੇ ਤੋਂ 12 ਵਜੇ ਤੱਕ ਫੋਨ ਚੱਕਦੇ ਆ ਉਹ, ਅਤੇ ਸਾਰੀਆਂ ਕਾਲਾਂ ਅਟੈਂਡ ਕਰਦੇ ਆ, ਤਾਂ ਉਹ ਗੱਲ ਸੁਣਦੇ ਆ, ਜੋ ਵੀ ਤੁਹਾਡੀ ਗੱਲ ਆ, ਤੁਸੀਂ ਮੇਲ ਕਰਦੇ ਹੋ ਤਾਂ ਉਹ ਮੇਲ ਦਾ ਰਿਪਲਾਈ ਵੀ ਕਰਦੇ ਆ,
सो इदां भी तुसीं चैक कर सकते। बाकी इन्हां दे वैबसाइट के उपर भी तुसीं जदों लिख के पाओगे तो तुहानूं उन्हां दी वैबसाइट मिल जूगी, उस तों भी तुहानूं इनफोरमेशन मिल जूगी। बाकी फेसबुक ते भी पेज हैगे आ इन्हां दे, जो रोमानिया दी एम्बेसी आ दिल्ली विच उहदा, तुसीं उस तों भी चैक कर सकते हैं भी ओपन हैगी या नहीं हैगी, जां होर भी कोई इनफोरमेशन आ तुसीं कॉल ते मेल ते उदां उन्हां दी वैबसाइट ते ऑफिशियल वैबसाइट ते तुसीं चैक कर सकते हैं। सो इस तों बाद सुमीत डिंगरा एक वीर आ, ते ये जम्मू तो स्पैशली वीर, जम्मू तो बहुत मुंडे आ जिहड़े मैनूं फोन करदे आ, ते कई हिंदी आउंदी आ, कई पंजाबी, तकरीबन पंजाबी समझ आउंदी आ जम्मू दे विच, इसे करके मैं पंजाबी च ही कहण लगा। सो तुहाडे तों पहलां मैनूं कुछ बंदिआं ने फोन कीता सी, उहनां ने कहा सी कि असीं 3 तों 4 लाख रुपया जिहड़ा रोमानिया दा देके आउण लगे हाँ जंटां दे कोलों। फिर एक बंदे ने मैनूं फोन किया, कहिंदा बई मैं 6 लाख रुपया देके आउण लगा। सो इन्हां सारिआं नूं मैं दसणा चाहुंदा कि इन्ने इन्ने पैसे नहीं लगते हैगे, 2.5 तों 3 लख दे विच ही पैसे लगते हैं, जां कह लो कि तुसीं 2 तों 2.5 लख जां 2.80 तक इत्थे की पैसे लगते, कोई ज़्यादा पैसे नहीं लगते हैगे। प्लीज़ 3 लख 4 लख जां 6 लख दे के ना आओ, इन्ने पैसे नहीं लगते हैगे। बाकी जे किसी नूं भी कोई डाउट हैगा वा, ठीक है जी, तकरीबन जदों जदों तुसीं वीडियो दे थले बहुत सारे लोगों ने कमेंट किए होंगे आ, कमेंटा दे विच तुसीं किसे कोलों किसे नूं भी तुसीं कमेंट करके पुछ सकदे आ कि वो तुहानूं एजेंट सुजैसट कर सकदे आ, जां तुसीं मैनूं कर सकदे आ, मैं तुहानूं कोई दस दूंगा जे मैनूं कोई जानदा होगा। ते जे मतलब तुसीं अपलाई करना, अपलाई करन तों पहलां जे तुहानूं कुछ नहीं पता उस चीज़ बारे, तुसीं मैनूं कमेंट करिया करो प्लीज़। तुसीं होर भी बहुत बंदे आ जिहड़े रोमानिया नाल इनफोर्म नाल रिलेटेड इनफोरमेशन दिंदे, तुसीं किसे ना किसे नूं कमेंट करो जां मैसेज करो, ते वो तुहानूं प्रॉपर दसणगे भी कि चीज़ सही है जां कि गलत आ। प्लीज़ रिक्वेस्ट या भी 6-6 लख रुपया 5-5 लख रुपया दे के ना आओ, इन्ने पैसे नहीं लगते हैगे फिलहाल, हजे तो इन्ने पैसे नहीं लगते। इन फ्यूचर शेनगन च होजूगा तो वह वक्री गल आ, बट हुण दी घड़ी इन्ने पैसे नहीं लगते, 2 तों 3 लख दे विच ही 2.5-3 इन्ने क पैसे ही लगते इत्थे। तो वो भी जिहड़ा कारण आ वो ये आ कि पहलों जिहड़े पैसे वो घट ही लगते सीगे 2-30-40-50 तक, बट साढ़े लोगों ने असी खुद आप ही ये चीज़ों वधाया वा, आप ही मूँह मंगे पैसे एजेंटा दे देखे इतने तक कम लैन दा वा। सो तकरीबन इतने बहुत सारे इदा के बंदे आ जिहड़े सानू कहिंदे कहिंदे भी जिहड़ी आ रेट वधाउण दे विच जां एडवांस पैसे लैण दे विच सब नूं वड्डा जिहड़ा योगदान पंजाबियां दा वा कि पंजाबी एडवांस पैसे कहिंदे आ कि साडे को एडवांस पैसे लो साडा वीजा कढ़ाओ। सो इदा दे ने जिन्नियां प्रॉब्लम असीं आप क्रिएट कीतियां वा। सो इस करके जम्मू के जिन्ने भी बंदे देखते हैं ना, जे तुहानूं नहीं पता तुसीं पंजाब दे विच मतलब घट आए आ जां पंजाब दे एजेंटां बारे तुहानूं नहीं पता, सो प्लीज़ तुहानूं रिक्वेस्ट आ 6-6 लख 5-5 लख 4-4 लख रुपया दे के ना आओ। जे कितों भी नहीं पता लगता तुसीं मैसेज कर सकते, मैं हर बंदे दा तकरीबन रिप्लाई करदा वां, जिहड़ा बंदा भी मैनूं फेसबुक ते जां इंस्टाग्राम ते मैसेज करदा मैं हर बंदे दा रिप्लाई करदा वां। उह जे कोई मेरी समझ विच गल हुंदी तां मैं उहनां नूं जरूर दसदा। सो प्लीज़ इस करके रिक्वेस्ट आ कि तुसीं इन्ने इन्ने पैसे दे। सो इस तों बाद एक वड्डे भाजी पुछिआ, उहदा नां हैगा ऑफिशियल 52307। सो इन्हां ने पुछिआ कि जदों तुसीं रोमानिया विच आ जांदे हन, मान लो तुसीं आ गए रोमानिया दे विच, ते जदों तुहानूं क्वारंटीन करदे आ, ठीक है जी, क्योंकि इत्थे रैड जोन दे विच जिहड़े कंट्री आ उहनां विच जिहड़ा बंदा इत्थे आउंदा उहनूं क्वारंटीन कीता जाऊगा, ते जदों इत्थे आ के असीं क्वारंटीन हुंदे आ ते उहदा खर्चा साडी खुद जेब चों जांदा वा जां उह कौण पे करदा वा। सो ये चीज़ ये पुछणा चाहुंदे, ते ये सारिआं वास्ते ही डाउट आ, बहुत बंदिआं ने मैनूं पुछिआ, ते इहदा मैं दसणा जरूरी समझदा वा। सो इन्हां नूं मैं दसणा चाहुंदा ते सारिआं दोस्तां नूं दसणा चाहुंदा जिन्हें भी मैनूं देखते हैं ना, जिन्हें भी वीडियो देखण डए आ, कि जे मतलब तुसीं किसी कंपनी च आ रहे हैं ना, तुसीं वर्क परमिट दे किसी कंपनी च आ रहे हैं जां किसी रेस्टोरेंट च आ रहे हैं, तो क्वारंटीन जिहड़ा वा उह तुहानूं उह कंपनी की सारी रिसपोंसिबिलिटी आ, यानी उही तुहानूं क्वारंटीन करदे आ, जां उह तुहानूं सैपरेट एक रूम दिंदे आ रेंट ते देणगे, जां अपनी अकोमोडेशन विच अलग रूम देणगे, जां उह तुहाडा जिहड़ा कंपनी दा कैंप उहदे विच तुहानूं अलग रखणगे। इह सारा कुछ उहनां दी जिम्मेवारी आ, वह तुहानूं उहदा जिन्ना तुहाडा खर्चा उह सारा उही करनगे, तुहाडे रूम दे विच प्रॉपर तुहानूं रोटी पानी जिहड़ा उह 3 टाइम वह तुहानूं उह दित्ता जाऊगा, वह कंपनी दी जिम्मेवारी आ। फिर होर जिहड़ी वी तुहानूं प्रॉब्लम हुंदी आ तो उहदा हल करना तुहाडी कंपनी दी जिम्मेवारी आ। हाँ जी, पुलिस तुहानूं चैक करन आउंदी रहिंदी आ,
पुलिस की तुहाड़े निगाह रहिंदी है कि ये 15 दिन बंदा बाहर तो नहीं घूमता। सो इस करके पुलिस जिहड़ा राउंड मारदी आ, तुसीं पुलिस की नज़र में होंदे आ। सो इस करके जिहड़ा भी बंदा इत्थे क्वारंटीन हैगा वा प्लीज़ रिस्क ना लिओ बाहर जाण दा, क्योंकि इहदे बहुत वड्डे नुकसान हो सकदे आ। सो इस करके जिहड़ा खर्चा वा जिन्ना भी आ क्वारंटीन दा, वह सारा तुहाडी कंपनी करती है। कमल भाजी पुछदे आ कि क्रोशिया बारे तुसीं दसो, ਇਹ ਤੋਂ ਅਗਲੀ ਜਿਹੜੀ ਵੀਡੀਓ ਆਊਗੀ ਕਰੋਸ਼ੀਆ ਬਾਰੇ ਹੋਊਗੀ, ਉੱਤੇ ਮੈਂ ਪ੍ਰੋਪਰ ਇਨਫੋਰਮੇਸ਼ਨ ਕਰੋਸ਼ੀਆ ਦੀ ਦਊਂਗਾ ਕਿ ਉਹਦੇ ਵਿੱਚ ਕਿੱਦਾਂ ਕਿੱਦਾਂ ਆਪਾਂ ਜਾ ਸਕਦੇ ਹਾਂ, ਕਿੱਦਾਂ ਕਿੱਦਾਂ ਸਾਰਾ ਕੁਝ ਉਹਦੇ ਵਿੱਚ ਐਕਸਪਲੇਨ ਮੈਂ ਕਰੂੰਗਾ ਨੈਕਸਟ ਵੀਡੀਓ ਦੇ ਵਿੱਚ ਜਿਹੜੀ ਕਰੋਸ਼ੀਆ ਬਾਰੇ। ਇੱਕ ਤੋਂ ਬਾਅਦ ਗੁਰਲਾਲ ਸਿੰਘ ਖਾਲੜਾ ਇੱਕ ਭਾਜੀ ਆ ਉਹ ਪੁੱਛਦੇ ਆ ਕਿ ਆਫਰ ਲੈਟਰ ਤੋਂ ਬਾਅਦ 'ਚ ਜਿਹੜਾ ਵੀਜ਼ਾ ਲੱਗਣ ਵਾਸਤੇ ਅੰਬੈਸੀ 'ਚ ਜਾਂਦਾ ਵਾ ਪਾਸਪੋਰਟ। ਸੋ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਨਹੀਂ, ਪਹਿਲਾਂ ਜਦੋਂ ਤੁਹਾਡਾ ਆਫਰ ਲੈਟਰ ਆਉਂਦਾ ਵਾ ਆਫਰ ਲੈਟਰ ਤੋਂ ਬਾਅਦ 'ਚ ਫਿਰ ਤੁਹਾਡਾ ਵਰਕ ਪਰਮਿਟ ਅਪਲਾਈ ਹੁੰਦਾ ਵਾ ਜਿਹਨੂੰ ਰੋਮੇਨੀਆ ਵਿੱਚ ਮੁੰਕਾ ਕਹਿੰਦੇ ਆ, ਮੁੰਕਾ ਪੇਪਰ ਜਦੋਂ ਤੁਹਾਡਾ ਆਉਂਦਾ ਵਾ ਫਿਰ ਉਸ ਤੋਂ ਬਾਅਦ 'ਚ ਤੁਹਾਡਾ ਜਿਹੜਾ ਪਾਸਪੋਰਟ ਆ ਨਾਲ ਡਾਕੂਮੈਂਟ ਸਾਰੇ ਲੱਗ ਕੇ ਫਿਰ ਹੀ ਉਹ ਜਾਂਦਾ ਵਾ ਅੰਬੈਸੀ ਵਿੱਚ ਵੀਜ਼ਾ ਲੱਗਣ ਵਾਸਤੇ। ਸੋ ਇਹ ਪ੍ਰੋਸੈਸ ਆ, ਇਸ ਤੋਂ ਬਾਅਦ 'ਚ ਜਿਹੜਾ ਵੀਜ਼ਾ ਲੱਗਦਾ ਫਿਰ ਤੁਹਾਡੀ ਟਿਕਟ ਵਗੈਰਾ ਸਾਰਾ ਕੁਝ ਹੁੰਦਾ ਵਾ। ਸੋ ਇਹ ਨਹੀਂ ਕਿ ਆਫਰ ਲੈਟਰ ਤੋਂ ਬਾਅਦ ਸਿੱਧਾ ਤੁਹਾਡਾ ਵੀਜ਼ਾ ਆ ਜੂਗਾ, ਇੱਦਾਂ ਦਾ ਕੁਛ ਨਹੀਂ ਆ। ਪ੍ਰੋਸੈਸ ਥੋੜ੍ਹਾ ਜਿਹਾ ਲੰਮਾ ਵਾ, ਟਾਈਮ ਵੀ ਲੱਗਦਾ ਵਾ ਇਸ ਚੀਜ਼ ਨੂੰ। ਯੂਕਰੇਨ ਤੋਂ ਇੱਕ ਵੀਰ ਆ, ਉਹਨਾਂ ਦੀ ਜਿਹੜੀ ਆਈਡੀ ਆ ਉੱਤੇ ਲਿਖਿਆ ਵਾ ਯੂਰਪ ਵਾਲੇ। ਉਹਨਾਂ ਨੇ ਰਿਕਾਰਡਿੰਗ ਭੇਜੀ ਹੈ ਪਰ ਮੈਂ ਹੁਣ ਰਿਕਾਰਡਿੰਗਾਂ ਸ਼ੇਅਰ ਨਹੀਂ ਕਰਦਾ ਹੈਗਾ, ਕਿਉਂਕਿ ਕੁਝ ਬੰਦੇ ਮੈਨੂੰ ਕਹਿੰਦੇ ਕਿ ਯਾਰ ਰਿਕਾਰਡਿੰਗਾਂ ਪਲੀਜ਼ ਨਾ ਸ਼ੇਅਰ ਕਰਿਆ ਕਰ, ਇਸ ਕਰਕੇ ਮੈਂ ਨਹੀਂ ਸ਼ੇਅਰ ਕਰਦਾ ਹੈਗਾ। ਉਹਨਾਂ ਨੇ ਪੁੱਛਿਆ ਸੀ ਕਿ ਅਸੀਂ ਯੂਕਰੇਨ ਆਏ ਹਾਂ ਸਟੂਡੈਂਟ ਵੀਜ਼ੇ 'ਤੇ, ਠੀਕ ਆ। ਸੋ ਅਸੀਂ ਦਿਮਾਗ ਵਿੱਚ ਇਹ ਲੈ ਕੇ ਆਏ ਸੀ ਕਿ ਯੂਕਰੇਨ ਜਾਣਾ, ਉੱਥੋਂ ਡੌਂਕੀ ਲਾ ਕੇ ਸ਼ਨਗਨ ਮੂਵ ਹੋਣਾ ਵਾ, ਅਤੇ ਤੁਸੀਂ ਦੱਸੋ ਕੁਛ ਵੀ ਡੌਂਕੀ ਬਾਰੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਚੀਜ਼ ਬਾਰੇ ਮੈਂ ਨਹੀਂ ਜਾਣਦਾ ਹੈਗਾ। ਸੋ ਨਾ ਹੀ ਮੈਨੂੰ ਤੁਸੀਂ ਇਨ ਫਿਊਚਰ ਪੁੱਛਿਓ, ਕਿਉਂਕਿ ਇਸ ਚੀਜ਼ ਬਾਰੇ ਨਾ ਮੈਂ ਦੱਸਣਾ ਚਾਹੁੰਦਾ। ਕੱਲ੍ਹ ਨੂੰ ਕਿਸੇ ਦਾ ਕੋਈ ਨੁਕਸਾਨ ਹੋ ਜਾਵੇ ਹੈ ਨਾ, ਅਤੇ ਉਹ 'ਚ ਪ੍ਰੋਬਲਮ ਹੋ ਜੂਗੀ, ਉਹਦੇ 'ਚ ਫਿਰ ਮੈਂ ਵੀ ਦੋਸ਼ੀ ਹੋਊਂਗਾ, ਉਹ ਖੁਦ ਵੀ ਹੋਣਗੇ। ਕਿਸੇ ਦਾ ਪੈਸਾ ਵੇਸਟ ਹੋ ਜਾਵੇ ਇਸ ਕੰਮ ਦੇ ਵਿੱਚ ਮੇਰੇ ਦੱਸਣ ਨਾਲ, ਜਾਂ ਮੇਰੇ ਗਲਤ ਗਾਈਡ ਕਰਨ ਨਾਲ ਜਿਸ ਚੀਜ਼ ਬਾਰੇ ਮੈਨੂੰ ਪਤਾ ਹੀ ਨਹੀਂ, ਜਾਂ ਕਹਿ ਲਓ ਕਿ ਉਹ ਉਹਨਾਂ ਦਾ ਕੁਝ ਹੋਰ ਲੋਸ ਹੋ ਜਾਵੇ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ ਇਹ ਤੁਸੀਂ ਆਪ ਆਪਣੀ ਰਿਸਪੋਂਸੀਬਿਲਟੀ ਲਓ, ਆਪ ਆਪਣੀ ਜ਼ਿੰਮੇਵਾਰੀ ਲਓ, ਆਪਣੀ ਜ਼ਿੰਮੇਵਾਰੀ 'ਤੇ ਤੁਸੀਂ ਇੱਦਾਂ ਦਾ ਰਿਸਕ ਲਓ। ਇਸ ਚੀਜ਼ ਬਾਰੇ ਮੈਂ ਨਹੀਂ ਦੱਸ ਸਕਦਾ, ਬਾਕੀ ਹੋਰ ਜਿਹੜੇ ਜੇ ਯੂਕਰੇਨ ਦੇ ਵਿੱਚ ਰੋਮੇਨੀਆ ਦੀ ਅੰਬੈਸੀ ਆ ਉਹਦੇ ਕੰਟੈਕਟ ਨੰਬਰ ਚਾਹੀਦੇ ਆ, ਜਾਂ ਉਹਦੀਆਂ ਮੇਲਸ ਵਗੈਰਾ ਚਾਹੀਦੇ, ਜਾਂ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ, ਉਹ ਮੈਂ ਤੁਹਾਨੂੰ ਦੇ ਸਕਦਾ ਵਾਂ, ਬਟ ਇੱਦਾਂ ਦੀ ਜਿਹੜੀ ਡੌਂਕੀ ਵਾਲੀ ਇਨਫੋਰਮੇਸ਼ਨ ਉਹ ਮੈਂ ਚੈਨਲ 'ਤੇ ਨਹੀਂ ਦੇ ਸਕਦਾ। ਸੁਖਮਿੰਦਰ ਸਿੰਘ ਵੀਰ ਪੁੱਛਦੇ, ਸ਼ਾਇਦ ਇਹਨਾਂ ਨੇ ਵੀਡੀਓ ਨਹੀਂ ਦੇਖੀ, ਅਤੇ ਇਹ ਪੁੱਛਦਾ ਕਿ ਅੰਬੈਸੀ ਜਿਹੜੀ ਓਪਨ ਰੋਮਾਨੀਆ ਦੀ ਦਿੱਲੀ ਵਿੱਚ, ਹਾਂਜੀ ਓਪਨ ਆ ਜੀ, ਤੁਸੀਂ ਆਪਦਾ ਜੋ ਵੀ ਕੰਮ ਕਰਾਉਣਾ ਉਹ ਕਰਾ ਸਕਦੇ ਹਾਂ, ਜਾਂ ਆਪਣੇ ਏਜੰਟ ਨੂੰ ਦੱਸ ਸਕਦੇ ਹਾਂ, ਉਹ ਅੰਬੈਸੀ ਓਪਨ ਆ ਆਲਰੇਡੀ। ਮਾਸਟਰ ਪ੍ਰਿੰਸ ਇੱਕ ਵੀਰ ਆ, ਅਤੇ ਉਹਨਾਂ ਨੂੰ ਉਹਨਾਂ ਦੇ ਏਜੰਟ ਨੇ ਇੱਕ ਸਟੈਂਪ ਭੇਜਤੀ ਆ, ਦੇਖਿਓ ਜੇ ਤੁਹਾਨੂੰ ਮਤਲਬ, ਆ ਦੇਖੋ ਇਹ 'ਤੇ ਕਹਿੰਦਾ ਕੰਪਨੀ ਦਾ ਨਾਂ ਲਿਖਿਆ ਵਾ, ਅਤੇ ਇਹ ਹੈ ਉਹਦੀ ਕੰਪਨੀ। ਸੋ ਇਹ ਪੁੱਛਦੇ ਆ ਕਿ ਇਹ ਕੀ ਕੰਪਨੀ ਆ ਜਾਂ ਕਿੱਦਾਂ ਵਾ। ਸੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕੰਪਨੀਆਂ ਬਾਰੇ ਨਹੀਂ ਮੈਂ ਦੱਸਦਾ ਹੈਗਾ, ਇਹਦੇ ਵਾਸਤੇ ਸੋਰੀ ਆ, ਕਿਉਂਕਿ ਕੰਪਨੀਆਂ ਬਾਰੇ ਅੱਜ ਕੰਪਨੀ ਚੰਗੀ ਆ ਕੱਲ੍ਹ ਨੂੰ ਮਾੜੀ ਹੋ ਜੂ, ਉਹੀ ਗੱਲ ਫਿਰ, ਅਤੇ ਅੱਜ ਵਧੀਆ ਵਾ, ਅੱਜ ਮਾੜੀ ਆ ਕੱਲ੍ਹ ਨੂੰ ਚੰਗੀ ਹੋ ਜੂ, ਸੋ ਇੱਦਾਂ ਦੀ ਪ੍ਰੋਬਲਮ ਪੈ ਜਾਂਦੀਆਂ। ਫਿਰ ਉਹਦੇ 'ਚ ਲੋਕ ਕਹਿੰਦੇ ਆ ਕਿ ਤੁਸੀਂ ਉਦੋਂ ਕਿਹਾ ਸੀ ਸਹੀ ਆ ਕੰਪਨੀ, ਅੱਜ ਮਾੜੀ ਹੋ ਗਈ ਜਾਂ ਇੱਦਾਂ। ਸੋ ਇਸ ਕਰਕੇ ਮੈਂ ਇਹ ਚੀਜ਼ ਨਹੀਂ ਦੱਸਦਾ ਹੈਗਾ। ਅਤੇ ਇਸ ਤੋਂ ਬਾਅਦ ਦੀਪ ਭਾਜੀ ਨੇ ਪੁੱਛਿਆ ਸੀਗਾ, ਉਹਨਾਂ ਨੇ ਇੱਕ ਮੈਨੂੰ ਆਫਰ ਲੈਟਰ ਦਿਖਾਇਆ ਸੀ, ਉਹਦੇ ਵਿੱਚ ਸੀਗਾ ਕੰਪਨੀ ਦਾ ਨਾਮ ਸੀਗਾ, ਨਾਮ ਨਹੀਂ ਮੈਂ ਲੈਂਦਾ ਕੰਪਨੀ ਦਾ, ਕੰਪਨੀ ਦਾ ਨਾਮ ਸੀਗਾ ਉਹਦੇ ਵਿੱਚ, ਅਤੇ ਉਹਨਾਂ ਦੀ ਆਪਦੀ ਜਿਹੜੀ ਇਨਫੋਰਮੇਸ਼ਨ ਸੀਗੀ, ਪਾਸਪੋਰਟ ਵਗੈਰਾ ਉਹਨਾਂ ਦਾ, ਆਈ ਡੀ ਨੇਮ, ਪਾਸਪੋਰਟ ਦਾ ਨਾਮ, ਨਾਮ ਐਡਰੈਸ, ਜੇ ਉਹ ਕਹਿੰਦੇ ਸੀਗੇ ਇਹਦੇ ਵਿੱਚ ਮੇਰਾ ਐਗਰੀ ਮੇਰੀ ਸੈਲਰੀ ਕਿੱਥੇ ਆ। ਸੋ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਐਗਰੀਮੈਂਟ ਹੁੰਦਾ ਨਾ, ਐਗਰੀਮੈਂਟ 2 ਜਾਂ 3 ਪੇਜ ਦਾ ਜਿਹੜਾ ਐਗਰੀਮੈਂਟ ਹੁੰਦਾ ਵਾ, ਤੁਹਾਨੂੰ ਮਤਲਬ ਗਲੋਂ ਲਾਉਣ ਵਾਸਤੇ ਕਿ ਇਹ ਬੰਦਾ 10-15 ਦਿਨ ਸਾਡੀ ਜਾਨ ਛੱਡੂਗਾ, ਉਹਦੇ ਵਾਸਤੇ ਉਹ ਤੁਹਾਡੀ ਕੰਪਨੀ ਦਾ ਸਿਰਫ ਤੁਹਾਨੂੰ ਨਾਮ ਦੱਸ ਦਿੰਦੇ ਕਿ ਆਹ ਕੰਪਨੀ ਆ। ਅਸਲ 'ਚ ਆਫਰ ਲੈਟਰ ਦੇ ਵਿੱਚ ਕੰਪਨੀ ਦਾ ਨਾਮ ਹੁੰਦਾ, ਉਹਦੇ ਵਿੱਚ ਪ੍ਰੋਪਰ ਲਿਖਿਆ ਹੁੰਦਾ ਕਿ ਆਹ ਫਲਾਣਾ ਸਿੰਘ ਜੋ ਵੀ ਤੁਹਾਡਾ ਨਾਮ ਆ, ਵੀ ਇਸ ਬੰਦੇ ਨੂੰ ਅਸੀਂ ਮਤਲਬ ਹਾਇਰ ਕਰ ਰਹੇ ਹਾਂ, ਇਹ ਬੰਦਾ ਸਾਨੂੰ ਚਾਹੀਦਾ ਵਾ। ਸੋ ਉਸ ਤੋਂ ਬਾਅਦ 'ਚ ਫਿਰ ਤੁਹਾਡੀ ਪੂਰੀ ਆਈ ਡੀ, ਤੁਹਾਡੀ ਪੂਰੀ ਡਿਟੇਲ ਉਹ 'ਚ ਲਿਖੀ ਹੁੰਦੀ, ਫਿਰ ਨੈਕਸਟ ਪੇਜ 'ਤੇ ਉਹਨਾਂ ਨੇ ਲਿਖਿਆ ਹੁੰਦਾ ਕਿ ਇਹਦੇ ਵਿੱਚ ਅਸੀਂ ਇਸ ਵੀ ਜਿਹੜਾ ਵੀ ਤੁਹਾਡਾ ਟ੍ਰੇਡ ਆ, ਸਟੀਲ ਫਿਕਸਰ ਜਾਂ ਤੁਸੀਂ ਕੋਈ ਕੁਛ ਵੀ ਤੁਹਾਡਾ ਕੰਮ ਕਰਦੇ ਆ, ਤੁਹਾਡਾ ਟ੍ਰੇਡ ਲਿਖ ਕੇ ਤੁਹਾਡੇ ਥੱਲੇ ਤੁਹਾਡੀ ਸੈਲਰੀ ਲਿਖੀ ਹੁੰਦੀ ਆ, ਮੰਨ ਲਓ 2500 ਲਿਓ, 3000 ਲਿਓ, ਜਾਂ ਡੋਲਰ ਦੇ ਵਿੱਚ $600 ਜਾਂ 550 ਜਾਂ ਇੱਦਾਂ ਕਿੱਦਾਂ ਵੀ ਲਿਖੀ ਹੁੰਦੀ ਆ। ਫਿਰ ਉਹ 'ਚ ਅਕੋਮੋਡੇਸ਼ਨ ਲਿਖੀ ਹੁੰਦੀ ਆ ਕੰਪਨੀ ਦੀ ਜਾਂ ਆਪਣੀ ਆ, ਜਾਂ ਉਹਦੇ ਉਹ ਤੋਂ ਥੱਲੇ ਫਿਰ ਫੂਡ ਲਿਖਿਆ ਹੁੰਦਾ, ਫੂਡ ਕੰਪਨੀ ਦਾ, ਜਾਂ ਲਿਖਿਆ ਹੁੰਦਾ ਕਿ ਉਹਦੇ ਪੈਸੇ ਦਿੱਤੇ ਜਾਂਦੇ ਆ, $100 ਦਿੱਤਾ ਜਾਂਦਾ ਜਾਂ
लियो विच 500 लियो 400 जिन्हें भी वो दिते जाते हैं वो सारा कुछ लिखा हों ते थले स्टंप लगी होंगी कंपनी की इदा का कुछ हों सो उसते वो जो थानू इंडिया भेजा जाता वो एग्रीमेंट जोड़ा वा इंडिया भेजा जाता थानू या किदा भी तेजे एजेंट पाँगा वा फिर एजेंट तेरे उसे साइन करवा वा साइन करा के मतलब तुम प्रॉपर पढ़ लें पढ़ के साइन करा के फिर वो वापस दोबारा इतने आता वा वो तेरे वर्क परमिट जो इशू होंगे वो लगता तो वो अंबेसी भी नाल जाता वा वो एग्रीमेंट बट ये जो बहुते एजेंट आ बहुत जे 80% 70-80% एजेंट एजेंट आ वो एग्रीमेंट तुम नहीं देंगे वो नहीं देंगे क्योंकि वो सैलरी कुछ होर लगी होंगी है तो तुम दस्या कुछ होर हों सो जे मतलब जी चीज़ तुम दसी आ जे एग्रीमेंट नहीं लिखी होंगी उत्थे भी तुम प्रॉब्लम करते हो कहते असं जाना नहीं इदा दॉब्लम होंगे इस करके एजेंट पहले ही सिर्फ तुम कंपनी दस देंगे तो तुम कंपनी दस देंगे तो बाकी फिनिश कर देंगे तो पैसे ले लेंगे कोई 50,000-30,000 या जिन्हें भी फिर वो तुम कंपनी अपने जोड़े भी बंदे कॉन्टैक्ट उन्होंने तुम मैसेज कर दें कि यार कंपनियां दसी कि चंगी या माड़ी फिर मैनू मैसेज कर दे किसी भी तुम जिन्हें भी बंदे है ना जिड़े भी तुम जिन्हों भी जानते हैं कि है ना सारे मैसेज करके पूछ दे कि कंपनी दसी हालांकि वो सैलरी नहीं होंगी कोई एग्रीमेंट हों नहीं आ सो यदी एक वजह यह भी आ इत एक बिजनेस जो हूँ चल पाया वा अपने लोगों का बिजनेस ये हो गया है ना एजेंटा का कि जे मान लो कोई एजेंट 600 के बंदा कंपनी को दे रहा कंपनी 600 ले रही तो दूसरा बंदा कहता कि असं तुम यही काम का बंदा 550 ही दें सा डील करो सो इदा के सिस्टम चलते हैं इस करके जो तुम ऑफर लैटर लेंगे होंगे जब तक तुम्हारी कंपनी का पता लग जाता तो वो प्लस तुम यह भी एग्रीमेंट लिया करो कि साड़ी सैलरी कितनी लगी आ साड़ी अकोमोडेशन कंपनी की आ जा साड़ी खुद की आ साड़ी जिहड़ी जिहड़ा फूड आ साडा खुद दा वा जां कंपनी दा इदां दी चीज़ां भी लिखियां होंदियां वह सारा तुम पेपर जिहड़ा पूरा पढ़िया करो पूरा लिया करो जे तुम नहीं पढ़े हैगे तुम अपने किसी यार दोस्त नूं अपने अपने रिश्तेदार नूं भैन भरा नूं सार किसी नूं पढ़ा सकदे इंच विच भी हुंदा वा रोमानियन विच भी हुंदा वा इंग्लिश विच भी हुंदा वा बाकी फोन दे उपर बहुत सारिया इदां दियां ऐप आ गईआं वा जिहदे नाल वो ट्रांसलेट हो जाता वा ट्रांसलेट ईजी कर सकते रोमानियन लैंगुएज नूं जिहदा तुसीं फोन दे नाल भी ट्रांसलेट कर सकते हो सो इदां दियां चीज़ां जिहड़ियां बहुत हुंदियां सो ये मेरा हुंदा कि मैं तुहानूं हुण जिन्ना भी मैनूं पता वा मैं तुहानूं दस सकां कि तुसीं अवेयर रहो क्योंकि थोड़े दिन क्योंकि एक मैं इस चीज़ पर वीडियो बनाऊँगा कि एजेंटा ने किन्ने किन्ने फ्रॉड किए मैं तुम्हें प्रॉपर वह भी सारा कुछ डिटेल दूँगा वह भी वीडियो तुम्हें 2-4 दिन तक मिलेगी सो इदा दीज़ा ना हो किसी को क्योंकि पैसा बहुत कमाना औखा वा बाहर काम करने बहुत औखे है मैं नहीं चाहता कि तुहाडा पैसा वेस्ट हो टाइम वेस्ट हो बाद कोई प्रॉब्लम आए ठीक है सो इस करके मैं चाहता कि प्रॉपर जिन्ना क मैं हो सकता तुम्हें गाइड करा बाकी ये कुछ कमेंट तो वीडियो ज़्यादा लंबी हो गई है ट्राई करूँगा एक होर वीडियो बना के जोड़े रह गए वो भी एक्सप्लेन करन दी सो बहुत बहुत धन्यवाद जी सारे का बाकी जो वीडियो चंगी लगी है लाइक तो शेयर जरूर कर दिया करो सो थैंक यू जी सारे का।